ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਉਮੀਦ ਕਰਦਾ ਸਾਰੇ ਭੈਣਾਂ ਭਰਾ ਠੀਕ ਠਾਕ ਹੋ ਅੱਜ ਤੁਹਾਨੂੰ ਪਾਪਾ ਇਲਾਕਾ ਗੁਰਾਂ ਛੋੜੀ ਤੇ ਜੇ ਰਿਆ ਦੇ ਜੰਗਲਾਂ ਵਿੱਚ ਸਰਵਾਈਵ ਕਰ ਸਕਦਾ ਰਾਤੀ ਇਨਸ਼ਾਅੱਲਾ ਰਾਤੀ ਵੀਡੀਓ ਬਣਾ ਸਕਦਾ ਕੁਝ ਚੀਜ਼ਾਂ ਮਾੜੇ ਥੇ ਤੱਕ ਨੇ ਉਸ ਇੱਕ ਐਮ ਪੀ ਛੇ ਪੀਣਾ ਸਮਾਨ ਆ ਇੱਧਰ ਬਾਕੀ ਖਾਣੇ ਪੀਣੇ ਚੀਜ਼ਾਂ ਚੀਜ਼ਾਂ ਜਨਾਬ ਉੱਥੇ ਜੂਸਾ ਮੁਰਗਾ ਆਉਂਦਾ ਆ ਰਿਹਾ ਸ਼ੋਸ਼ ਕਰ ਸਕਦਾ ਸਾਰੇ ਮਾਮਲਾ ਤੁਸੀਂ ਦੱਸਾਂ ਪਰ ਕਿ ਜਿਹੜੇ ਨਵੇਂ ਭੈਣਾਂ ਬੱਚੇ ਸਬਸਕ੍ਰਾਈਬ ਕਰੀ ਨੇ ਅੱਜ ਵਾਲੀ ਵੀਡੀਓ ਬੜੀ ਮਜ਼ੇ ਨੇ ਅਸੀਂ ਜੁਲੇ ਹਾਂ ਜੰਗਲਾਂ ਅਤੇ ਜੰਗਲਾਂ ਜੁਲ ਕਰਨੇ ਸਰਵਾਈਵ ਇਸ ਵਾਰ ਤਾਂ ਮੈਂ ਸਫਿਆਨ ਸਾਹਿਬ ਦੋ ਬੰਦੇ ਹਾਂ ਪਰ ਅੱਗੇ ਅਜੇ ਪਾਪਾ ਸੁਣਾ ਇਕੱਲਾ ਗਿਆ ਸੀ ਕਿਉਂਕਿ ਸਫਿਆਨ ਸਾਹਿਬ ਵਾਪਸ ਨਹੀਂ ਛੋੜੀ ਨਾ ਅਤੇ ਵਾਪਸ ਕਾਰ ਲੈ ਗਿਆ ਸੀ ਠੀਕ ਹੈ ਚਲੋ ਜੀ ਸਫ਼ਰ ਸ਼ੁਰੂ ਕਰੀਏ ਆਇਓ ਭੈਣ ਭਰਾ ਹਵਾ ਸੋਹਣਾ ਆਖਰਕਾਰ ਜੰਗਲ ਹੈ ਜਿੱਥੇ ਕੈਂਪਿੰਗ ਕਰਨੀ ਆ ਬਿਲਕੁਲ ਕਰੀਬ ਪਹੁੰਚੀ ਆ ਇਹ ਆਪਣੇ ਸਾਡੇ ਨੱਕਾ ਆ ਇੱਥੇ ਕਰਨੀ ਆ ਥੱਕੀ ਗਏ ਹਾਂ ਬਾਰਾ ਲਿਆ ਕੇ ਕੈਂਪਿੰਗ ਕਰ ਸਕਦਾ ਤੁਸੀਂ ਦੱਸਾਂ ਸਾਰਾ ਕੀ ਤਿਆਰ ਕਰੀਦਾ ਫੌਰਨ ਉੱਪਰ ਪਹੁੰਚਣੇ ਆ ਤਾਂ ਫਿਰ ਜਿਹੜੀ ਅਗਲੀ ਚੀਜ਼ ਸ਼ੁਰੂ ਕਰਨੀ ਜਿਹੜੀ ਤੁਸੀਂ ਦੱਸਣੀ ਆ ਅੱਛਾ ਜੀ ਭੈਣ ਭਰਾ ਫਾਈਨਲੀ ਅਸਾਂ ਆਪਣੀ ਲੋਕੇਸ਼ਨ ਪਹੁੰਚੇ ਹਾਂ ਤਾਂ ਅਸੀਂ ਜੁਆਇਨ ਕਰ ਸਕਦੇ ਜ਼ਮੀਰ ਸਾਹਿਬ ਜੀ ਇਸ ਨੇ ਪਤਾ ਕਾਫੀ ਵੀਡੀਓ ਉਹਨਾਂ ਨੇ ਬਣਾਈਆਂ ਪਤਾ ਲਿਆ ਕਿ ਉਹ ਵੀ ਜਿਹੜੇ ਭੱਗੇ ਸੀਗੇ ਲੋਹੜੀ ਦੇ ਉਹ ਵੀ ਆਈ ਗਏ ਆ ਠੀਕ ਆ ਹੁਣ ਦੋ ਬੰਦੇ ਹੈਗੇ ਆ ਇੱਥੇ ਹੋ ਗਿਆ ਜਾ ਫੋ ਵਾਪਸ ਮੁੜੀ ਦੇ ਵਾਪਸ ਜਾ ਤੋ ਕਿਸ ਨੇ ਫਿਰ ਕਿਸ ਤੇ ਆਇਆ ਬਾਬੇ ਆ ਜਿਹੜਾ ਜਾਸੀ ਉਹ ਕਿਸ ਤੇ ਚ ਹੈ ਲੜ ਬੰਦ ਕਰੋ ਅੱਛਾ ਠੀਕ ਬਾਬੇ ਮੈਂ ਕੋਈ ਦਾਵਤ ਦੇਣਾ ਆ ਗੱਡੀ ਹੈ ਇਹ ਗੱਡੀ ਹੈ ਠੀਕ ਹੈ ਮੈਂ ਚਲਾਵਾਂ ਨਹੀਂ ਬਾਬੇ ਬਾਜ਼ੀ ਦਾ ਦਾਵਤ ਦੇਣਾ ਆ ਚੀਜ਼ਾਂ ਚੀਜ਼ਾਂ ਮੈਂ ਕਿਣੀਆਂ ਆ ਤਾਂ ਤੋਂ ਕਿਹਦੇ ਤੇ ਲਾ ਜਾ ਘੋੜੇ ਬੰਨੀ ਚੋਦਾ ਫਿਰ ਆਈ ਜੋ ਮਾੜੇ ਕੋਲ ਪਾਸਪੋਰਟ ਠੀਕ ਹੈ ਬੈਟਰੀ ਆਨ ਕਰੋ ਨਾ ਜੀ ਬੈਟਰੀ ਆਨ ਕਰੋ ਬੈਟਰੀ ਭੈਣ ਭਰਾ ਬਸ ਆ ਕੈਂਪਿੰਗ ਸ਼ੈਂਪਿੰਗ ਨਾਲ ਜਿਹੜਾ ਸਮਾਨ ਆ ਸਫਿਆਨ ਸਾਹਿਬ ਬਾਹਰ ਕੱਢੀ ਜਾਂਦਾ ਕੈਂਪ ਹੁਣ ਤਿਆਰ ਹੋਣ ਲਾ ਤਾਂ ਕੈਂਪ ਤਿਆਰ ਕਰਨੇ ਆ ਤਾਂ ਮੈਂ ਇੱਧਰ ਦਰਿਆ ਖੱਡਾ ਖੁੱਡਾ ਜਿਹੜਾ ਇੰਨਾ ਮਾਰੀ ਗਈ ਨਾ ਅਤੇ ਖੱਡਾ ਤੱਕਣੇ ਕੁਛ ਮਾਰਾਂ ਫਿਲਹਾਲ ਇੱਕ ਭੈਣ ਜਿਹਾ ਤਿਆਰ ਕਰਨੇ ਆ ਅਤੇ ਉਸ ਤੋਂ ਬਾਅਦ ਤੁਸੀਂ ਖੂਬਸੂਰਤ ਵਿਊ ਚੱਕ ਰਹੇ ਆ ਅੱਗੇ ਪਤਾ ਲੈ ਗਿਆ ਤਾਂ ਕੈਂਪਿੰਗ ਜਾ ਪਹਿਲਾਂ ਤਿਆਰ ਕਰੀ ਜਾਂਦੇ ਹਾਂ
ਏ ਭੈਣ ਭਰੋ ਖੱਡਾ ਜਿਹੜਾ ਖੁੱਲਣ ਗਿਆ ਹੁਣ ਝੂਲੇ ਵਾਸਤੇ ਅਸਾਂ ਬੱਟੇ ਚਾਹੀਦੇ ਹੁਣ ਝੂਲੇ ਹਾਂ ਬੱਟੇ ਆਨੇ ਵਾਸਤੇ ਹਲੋ ਬਿਆਬਾਨ ਜੰਗਲ ਬੱਟਿਆਂ ਵਾਸਤੇ ਹੁਣ ਕਿੱਥੇ ਜਾਣਾ ਵੀ ਰਾਤੀ ਤਾਂ ਬੱਟੇ ਵੀ ਨਹੀਂ ਲੱਭਣ ਲੈ ਸਫਿਆਨ ਸਾਹਿਬ ਤੁਸੀਂ ਉਹਦੇ ਬੱਟੇ ਲੋੜ ਮੈਂ ਲੱਕੜੀਆਂ ਬਣਾਈ ਨਾ ਠੀਕ ਹੈ ਉਹਦਾ ਬੱਟੇ ਲੋੜ ਮੈਂ ਲੱਕੜੀਆਂ ਬਣਾਈ ਨਾ ਇੱਧਰ ਗੁਰੂ ਅੱਗੂ ਸਫਿਆਨ ਤਾਂ ਵੀ ਮੈਂ ਉਸਤੋਂ ਇਤਨੇ ਦੇਰੀ ਬੱਟੇ ਛੋਟੇ ਲੋੜੋ ਦੇਰੀ ਗੱਲ ਲੱਗਦੀਆਂ ਤੁਸੀਂ ਪਤਾ ਚਾਹੀ ਨਹੀਂ ਉਸਨੂੰ ਆਖ ਤਾਂ ਬਲਸੀ ਅਤੇ ਰਾਤੀ ਹਨੇਰੇ ਵਿੱਚ ਗਲਤੀ ਸਾਰੀ ਸੀ ਬੜੀ ਮਾੜੀ ਗੁਲੇ ਹੋਈ ਆ ਕਿ ਲੱਕੜੀਆਂ ਨੇ ਬਾਰੇ ਸੋਚ ਵਿਚਾਰ ਨਹੀਂ ਕੀਤੀ ਘਰੋਸ਼ ਨੇ ਆ ਦੋ ਮੋਟੀਆਂ ਲੱਕੜੀਆਂ ਵੀ ਆਉਣੀਆਂ ਸੀਆਂ ਨਿੱਕੀਆਂ ਤਾਂ ਫਿਰ ਵੀ ਮੈਂ ਚਲੋ ਜਾਂ ਕੁਰੂ ਨੂੰ ਗੁਰੂ ਬੰਦਬਸ ਕਰੀ ਲੈ ਸਾਂ ਅਤੇ ਮੋਟੀਆਂ ਕੁੱਥੂ ਗਏ ਸਰ ਲੱਕੜੀਆਂ ਚੱਕਰਾ ਪੈਣਾ ਬਰੋ ਮੈਂ ਬੂ ਕਾਫੀ ਦੂਰ ਜਿਹੜਾ ਨਿਕਲੀ ਹੈ ਇਹਦੀ ਲੱਕੜੀਆਂ ਕਦੋਂ ਲੱਭਣੇ ਲੱਭਣਾ ਤਾਂ ਇਸ ਲਈ ਆ ਕੇ ਮੈਂ ਦੂਏ ਕਾਤੇ ਚੜੀ ਆਇਆ ਇਹਦੇ ਇੱਥੋਂ ਜਾਂ ਆਪਣਾ ਪਲਿਆਰੀ ਪੰਨਾ ਮੁੜ ਚੰਗੀ ਜਗ੍ਹਾ ਇਹਦਾ ਪੈਣ ਦੋਨੀ ਸਾਈਡ ਤੁਸੀਂ ਪਤਾ ਜੰਗਲ ਚਨਾਇਆ ਜੇ ਇਹ ਦੋਨੀ ਸਾਈਡ ਖੜ ਖੜ ਹੋਣੀ ਜੀ ਇਹ ਨੀਲੀਆਂ ਲੈਣੀਆਂ ਤੇ ਸੁੱਕੀਆਂ ਹੋਰ ਕੁਛ ਲੱਭਣ ਕੈਂਪਿਆਂ ਕੋਲ ਮੁੜੀ ਆਏ ਹਾਂ ਬਾਰਾਂ ਲੈ ਕੇ ਆਹ ਸੱਲੀ ਉੜਿਆ ਕਸਮੇ ਬਹੁਤ ਬੁਰਾ ਸੱਲੀ ਉੜਿਆ ਹੋਏ ਸਫਿਆਨ ਸਾਹਿਬ ਲੱਕੜੀਆਂ ਸਫਿਆਨ ਸਾਹਿਬ ਕੁਦਰ ਗਏ ਹੋ ਬੱਟੇ ਲੱਕੜੀਆਂ ਕੌਣ ਲੱਭੀਆਂ ਜੀ ਸਫਿਆਨ ਸਾਹਿਬ ਤਜਰਬਾ ਡਾਢਾ ਮਾਰਿਆ ਅੱਗ ਬਾਲਣੀ ਸੀ ਪਹਿਲੇ ਨਹੀਂ ਜਿਹੜਾ ਜ਼ਰੂਰੀ ਕੰਮ ਹੈ ਉਹ ਕਰਨਾ ਹੈ ਆਪਾਂ ਠੀਕ ਹੈ ਜੇ ਅੱਗ ਨਹੀਂ ਬਾਲਣੀ ਪਹਿਲੇ ਡੂੰਘਾ ਰੱਖਣੇ ਆ ਉੱਥੇ ਤੇਰਾ ਹੀ ਬੋਤਲੀ ਰੱਖੀ ਹੋਈ ਆ ਠੀਕ ਹੈ ਬਾਕੀ ਡੂੰਘਾ ਠੀਕ ਹੈ ਪਹਿਲੇ ਕੰਮ ਕਰਨੇ ਆਪਾਂ ਗੁੰਨੀ ਹੋਣੀ ਚੀਜ਼ ਨੂੰ ਇਹ ਬੇਸਨ ਜਾ ਠੀਕ ਹੈ ਅਸੀਂ ਗੁੰਨੇ ਆ ਪੂਰੀ ਕਰਨੇ ਆ ਤੁਸੀਂ ਚਾਹੀਦਾ ਪਾਣੀ ਇਹ ਮੇਰੀ ਕੈਮਰਾ ਅਸੀਂ ਭੈਣ ਭਰੋ ਸਾਰੇ ਸੀ ਪਹਿਲੇ ਮੈਂ ਕਿ ਆਹ ਧੋਈ ਕਿੰਨੇ ਆ ਆਹ ਅੱਛਾ ਧੋਣੇ ਆ ਸਾਰੇ ਸੀ ਜ਼ਰੂਰੀ ਕੰਮ ਐਸਾ ਬੰਦ
ਦੱਸੂਗਾ ਜੀ ਹੋਰ ਜਾਂ ਠੀਕ ਸੀ ਚਲ ਆਈ ਕਰ ਥੋੜੀ ਗੱਲ ਕਰੀਏ ਆ ਪਹਿਲੇ ਸਾਰੀ ਚੀਜ਼ਾਂ ਮੈਂ ਮਿਕਸ ਕਰੀ ਨਾ ਠੀਕ ਹੈ ਫਿਰ ਨਿਕਲ ਕੇ ਮੁਗਲਾ ਬਣਾ ਮੁਗਲਾ 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 ਪਿਆ ਨਾ ਇਸ ਮੇਂ ਦੋ ਰਹਿਮਾਨ ਰਹੀ ਨਹੀਂ ਨਾ ਮੁਗਲਾ ਨਾ ਕਰ ਨਹੀਂ ਦੇ ਕੁਛ ਹੋਰ ਹੈ ਕੁਛ ਮੈਂ ਨਹੀਂ ਬੋਲ ਹੁਣ ਆ ਕੇ ਪਿੰਡ ਕੋਲ ਲੱਗਿਆ ਤੇ ਜਿੰਨਾ ਦੇ ਨਾਲ ਪਾਣੀ ਹੁਣ ਜਾ ਪਰ ਲੈ ਦਈਆ ਮਰਾਂ ਲੈ ਆ ਕੇ ਆਸਾਂ ਕੋਈ ਨਾ ਗੱਲ ਕਰਨਾ ਸਹੀ ਕਰੀ ਲਾਉਣਾ ਇਸ ਇਹ ਹੁਣ ਥੋੜੀ ਦੇਰ ਛੋੜ ਸਾਂ ਇਸ ਕੇ ਸੰਗੇ ਸਾਂ ਲਾਈਨ ਨੂੰ ਛੋੜ ਸਾਂ ਠੀਕ ਹੈ ਫਿਰ ਉਸ ਦੇ ਬਾਅਦ ਅਸੀਂ ਦੋਸਤ ਦੱਸਾਂ ਕਿ ਆਉਣੀ ਹੈ ਮਰਾਂ ਲੈ ਕੇ ਚਰਾਕ ਬਾਲਦੇ ਹਾਂ ਅਗਰ ਤੁਹਾਨੂੰ ਕੋਈ ਚੀਜ਼ ਹੈ ਤੁਹਾਨੂੰ ਹਾਲੀ ਮਾਚਿਸ ਲੈਣਾ ਜੇ ਅਗਰ ਨਹਾਉਣੀ ਤਾਂ ਫਿਰ ਸਰਵਾਈਵ ਫਲੋ ਹੋ ਜਾਣਾ ਫਾਈਨਲੀ ਫਾਈਨਲੀ ਅਲਹਮਦੁਲਿਲਾ ਅਲਹਮਦੁਲਿਲਾ ਅਸਾਂ ਅੱਗ ਮੁਕੰਮਲ ਹੋ ਗਈ ਬਲੀ ਅੱਗ ਬਾਲਣੇ ਸੀ ਬਾਅਦ ਜੀ ਮੋਟੀ ਲੱਕੜੀਆਂ ਅੱਛਾ ਜ਼ਰੂਰਤ ਬਣ ਗਈ ਹੈ ਵੈਸੇ ਤਾਂ ਮੈਂ ਭਾਈ ਮੇਰੀ ਕਾਲ ਕੀਤੀ ਆ ਮੈਂ ਆਸ਼ੀਆਂ ਦੋ ਮੋਟੀਆਂ ਲੱਗਣੀਆਂ ਕਿ ਨੀਚੇ ਬਾਰਾ ਥੋੜ੍ਹੇ ਲੇਟ ਉਸ ਤੋਂ ਪਹਿਲਾਂ ਵੀ ਲੱਗਣੀ ਨੇ ਬਦਮਾਸ਼ ਕਰਨਾ ਪਏ ਸੀ ਕਿਉਂਕਿ ਮੈਂ ਅੱਗ ਬਾਲ ਚੁੱਕੀਆਂ ਦੇ ਨਹੀਂ ਤਾਂ ਅੱਗ ਸੀ ਜਾ ਸੀ ਇੱਕ ਚਚਣੇ ਲੱਭੀ ਤੇ ਨੀਲੀ ਹੈ ਲੱਭਣੀਆਂ ਥੀਆਂ ਨਿੱਕੀਆਂ ਹੀ ਆ ਅਤੇ ਹੁਣ ਮੈਂ ਵੀ ਗਿਆ ਉਹਦੇ ਇਕੱਲਿਆਂ ਅੱਗੇ ਹੁਣ ਥੋੜ੍ਹਾ ਜਿਹਾ ਮਸਲਾ ਖਰਾਬ ਹੀ ਆ ਹਰ ਲਿਆ ਆਪੂ ਸਾਨੂੰ ਮਹਿਸੂਸ ਕਰੀ ਕਿ ਨਾ ਪਿੰਡ ਪਰੋ ਤੁਸਾਂ ਨੇ ਬਾਬਾ ਝੂਠ ਮਾਰਨਾ ਇਲਾਕਾ ਸਾਨੂੰ ਵੈਸੇ ਜੰਗਲਾ ਇਸ ਡਰ ਲਾਉਣਾ ਤਾਂ ਖੜ 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 ਨਹੀਂ ਲੱਭਾ ਅਸੀਂ ਨਹੀਂ ਫਿਰ ਤੁਸੀਂ ਪਤਾ ਥੋੜ੍ਹਾ ਜਿਹਾ ਹੋਰ ਸਿਸਟਮ ਹੋਈ ਜਾਣਾ ਮੈਂ ਕੋਸ਼ਿਸ਼ ਕੀਤੀ ਆ ਪਿੰਡ ਬਹੁਤ ਜਿਹੀ ਸਾਈਡ ਆਬਾਦੀ ਹੈ ਜਿਹੜੀ ਜਿਸ ਸਾਈਡ ਉਸ ਸਾਈਡ ਜੁੜਨ ਲੱਗਣੀਆਂ ਨੇ ਅਸੀਂ ਉੱਧਰ ਪਿਛਲੀ ਸਾਈਡ ਗਈਆਂ ਹਾਂ ਬਾਹਰ ਉੱਧਰ ਜੰਗਲਾਂ 'ਚੋਂ ਹੈ ਹੋਫਨਾਕ ਬਾਦਲ ਨੋਸ਼ੀਆਂ ਸੀ ਪਰ ਇੱਧਰ ਜੰਗਲ ਆ ਬਾਹਰ ਸਾਈਡ ਆਬਾਦੀ ਹੈ ਜੋ ਕੁਝ ਉਹ ਯਾਰ ਸੋਹਣੇ ਪਾਪੇ ਕਿਤਾ ਕੋਈ ਨਾ ਕੋਈ ਤਾਂ ਐਸੀ ਜਾਣਾ ਆਵਾਜ਼ ਮਾਰੀ ਦਾ ਇਸ ਬਾਰੇ ਫਿਰ ਮੈਂ ਇਸ ਆਬਾਦੀ ਦੇ ਸਾਈਡ 'ਤੇ ਰੁੱਖ ਕੀਤਾ ਆ ਮੈਂ ਇੱਧਰ ਜੁਲੇ ਹਾਂ ਅਤੇ ਇੱਧਰ ਜੁੜੀ ਦਾ ਕੋਈ ਲੱਕੜੀਆਂ ਬਣਾਉਣੇ ਆ ਪਾਪੇ ਅਸਾਂ ਚਾਹੀਦੀਆਂ ਦੋਏ ਤੁਸਾਂ ਇੱਥੇ ਸਹੀ ਰਹੋ ਇਹ ਨਾ ਮੈਂ ਰਾਤੀ ਜ਼ਿਆਦਾ ਵਜੇ ਤੁਸਾਂ ਕਾਸ਼ ਨੇ ਉਹ ਦਰਵਾਜ਼ਾ ਨਾ ਅਸਾਂ ਖੋਲ੍ਹ ਲੈਂਦੇ ਇੱਥੇ ਪਤਾ ਹੈਗਾ ਬਾਰਾਂ ਸੁਣਨਾ ਕਿੱਧਰ ਗਿੱਦੜ ਤੇ ਉੱਧਰ ਹੀ ਕਹਿਣ ਚੜੇਲ ਇਹਨਾਂ ਤੋਂ ਬੜੇ ਬੜੇ ਜੀ ਨੇ ਇੱਥੇ ਤਾਂ ਚੜੇਲਾਂ ਦੀ ਜ਼ਰੂਰਤ ਕੋਈ ਨਹੀਂ ਇਹ ਅੱਲਾ ਨੇ ਵਾਲਾ ਅੱਲਾ ਨੇ ਵਾਲਾ ਜੀ